ਮੁੱਕੀ ਸ਼ਾਦੀ ਪਰੌਣੇ ਵਗ ਗਏ ਸਾਡੇ ਦਿਲ ਨੂੰ ਢੋਲਾ ਰੋਗ ਲੱਗ ਗਏ ਮੁੱਕੀ ਸ਼ਾਦੀ ਅੱਖੀ ਰੁਨੀਆ ਜਾਂ ਦੀਵਾਰੀ ਢੋਲੇ ਕੋਈ ਨਾ ਸੁਣੀਆ ਮਾਲਾ ਬਖਸ਼ ਮੈਂ ਤੇਰੀਆਂ ਸਾਰੀਆਂ ਸੁਣਦੀ ਪਈ ਆ ਤੇ ਮੇਰੀ ਗੱਲ ਸੁਣ ਉੱਠੀ ਖਲੋ ਮੈਂ ਤੇਰੇ ਕੱਪੜੇ ਉੱਥੇ ਇਸਤਰੀ ਕਰਕੇ ਟੰਗੇ ਹਨ ਤੇ ਨਾਲ ਹੈ ਤੇ ਕੱਪੜੇ ਪਾ ਲੈ ਓ ਮੈਂ ਸਦਕੇ ਹੋ ਜਾਵਾਂ ਸਦਕੇ ਮੇਰਾ ਸੋਹਣਾ ਮੇਰੀ ਬਗੜੋ ਮਾਲਾ ਬਖਸ਼ ਤੇ ਮੈਂ ਗੱਲ ਦੱਸਾਂ ਦਿਲ ਵੈਸੇ ਮੇਰਾ ਵੀ ਨਹੀਂ ਕਰਦਾ ਕਿ ਮੈਂ ਤੈਨੂੰ ਕਿਧਰੇ ਕਲਾਵਾਂ ਪਰ ਕੀ ਦੱਸਾਂ ਅੱਬਾ ਮੈਨੂੰ ਮਜਬੂਰ ਕੀਤੀ ਖੜੋਤਾ ਹੈ ਕਹਿੰਦਾ ਅੱਜ 15 ਦਿਨ ਹੋ ਚੱਲੇ ਨੇ ਮੌਲਾ ਬਖਸ਼ ਵਿਹਲਾ ਬੈਠਾ ਹੈ ਘਰੇ ਤੇ ਉਹਨੂੰ ਕਿਤੇ ਕੰਮ ਤੇ ਗੱਲ ਚਾ ਓਏ ਅੱਬੇ ਮੇਰੇ ਨੂੰ ਸਮਝਾ ਕਿਵੇਂ ਆਵਣ ਪੁੱਤ ਦੀ ਨਵੀਂ ਨਵੀਂ ਸ਼ਾਦੀ ਹੋਈ ਹੈ ਸੂਤ ਤੇ ਤਕਰੀਬਨ ਗੱਡ ਤੋਂ ਗੱਡ ਜਿਹੜਾ ਨਾ 6 ਮਹੀਨੇ ਤਾਂ ਮੈਂ ਸਕੂਨ ਕਰਾਂ ਤੈਨੂੰ ਟੋਰਾਂ ਫੇਰਾਂ ਕਦੀ ਆਉਂਦੇ ਜਾ ਤੇ ਕਦੀ ਆਈਦੇ ਜਾ ਜ਼ਿੰਦਗੀ ਮੌਤ ਦਾ ਪਤਾ ਨਹੀਂ ਏ ਹੱਸ ਖੇਡ ਲਈਏ ਹੱਸ ਖੇਡ ਮਾਲਾ ਬਖਸ਼ ਟੁਰਨ ਫਿਰਨ ਵਾਸਤੇ ਖਰਚੇ ਚਾਹੀਦੇ ਹਨ ਤੇ ਜੇ ਤੂੰ ਇਵੇਂ ਘਰੇ ਬਹਿ ਰਹੀ ਆ ਖਰਚਾ ਕਿੱਥੋਂ ਆਸੀ ਉਹ ਗੱਲ ਤਾਂ ਤੇਰੀ ਵੀ ਸਹੀ ਏ ਪਰ ਮੈਂ ਕੀ ਕਰਾਂ ਤੈਨੂੰ ਛੱਡ ਕੇ ਤੇ ਮੇਰਾ ਜਾਵਣ ਵਾਸਤੇ ਦਿਲ ਨਹੀਂ ਕਰਦਾ ਦਿਲ ਤਾਂ ਨਹੀਂ ਕਰਦਾ ਹੈ ਪਰ ਕੰਮ ਤਾਂ ਕਰਨਾ ਹੀ ਪੈਣਾ ਹੈ ਇਵੇਂ ਘਰ ਬੈਠੇ ਆ ਪੈਸੇ ਨਹੀਂ ਆਂਦੇ ਓਹੋ ਅੱਗੇ ਤਾਂ ਘਰ ਦਾ ਸਰਕਟ ਚੱਲਦਾ ਪਿਆ ਔਖਾ ਸੌਖਾ ਤੇ ਕੋਈ ਗੱਲ ਨਹੀਂ ਕੁੱਦਾ ਅਗ ਦਿਨ ਹੋਰ ਥਕੀ ਜਾਵੇ ਨਾ ਤੇ ਮੈਂ ਚਸ ਬਣ ਜਾ ਸੀ ਆਏ ਮਿੱਠਿਆਂ ਮੇਵਿਆਂ ਨੂੰ ਕਾਂਡ ਕਰਨ ਲੱਗਿਆ ਮੈਨੂੰ ਦਿਲ ਨੂੰ ਤਕਲੀਫ ਹੋ ਸੀ ਤਕਲੀਫ ਤੂੰ ਐਵੇਂ ਮੇਰੀ ਪਰੇਸ਼ਾਨੀ ਨਾ ਲੈ ਮੈਂ ਅਕਸਰ ਘਰ ਦੇ ਵਿੱਚ ਹੀ ਆ ਤੇ ਤੂੰ ਉੱਠੀ ਖਲੋ ਉੱਠ ਕੇ ਤਾਂ ਨਾ ਲੈ ਉਹ ਸੁਬਾ ਤਾਂ ਨੱਤਾ ਨਾ ਲੈ ਨਾ ਲੈ ਨਾ ਲੈ ਦੱਸ ਬਈ ਤੂੰ ਗੱਲ ਕਰਨ ਵਾਲੀ ਏ ਓ ਮੌਲਾ ਬਖਸ਼ ਉੱਠੀ ਖਲੋ ਅੱਬਾ ਬੁਲਾਉਂਦਾ ਪਈ ਐ ਬਾਹਰ ਅੱਬਾ ਬੁਲਾਉਂਦਾ ਪਈ ਅੱਬੇ ਨੂੰ ਸਾਥ ਮਾਰਾਂ ਦੇ ਤੂੰ ਬੁਲਾਉਂਦਾ ਪਈ ਓ ਮੌਲਾ ਬਖਸ਼ ਉੱਠੀ ਖਲੋ ਆ ਲੈ ਕੋਰ ਚੜਿਆ ਖਲਾ ਅੱਬਾ ਤਾਂ ਮੇਰੇ ਅੱਬਾ ਤਾਂ ਮੇਰੇ ਸਾਹ ਪੀਤੀ ਖਲਾ ਚੱਲ ਅੱਬੇ ਕੋਲ ਹੁਣ ਪਿਓ ਹੈਗਾ ਜਨ ਮਾੜੀ ਚੰਗੀ ਕਹਿ ਰਹੀ ਤੇ ਕੋਈ ਫਰਕ ਨਹੀਂ ਤੈਨੂੰ ਪੈ ਚੱਲਾ ਕੀਨ ਕਰ ਲੈ ਜਿਸ ਟਾਈਮ ਜਾਵਣ ਦਾ ਨਾ ਲੈਣਾ ਨਾ ਮਜਾ ਆਵਣਾ ਕੰਮ ਤੇ ਮੇਰੇ ਦਿਲ ਲੈ ਨਾ ਮੋਠੇ ਚਾ ਜਾਂਦਾ ਉਸ ਹਾਂਜੀ ਅੱਬਾ ਜੀ ਖੈਰ ਹੋਵੇ ਸੱਪ ਨਹੀਂ ਕਹਿਲਾਇਆ ਕਿ ਸਗੋ ਨਹੀਂ ਕਹਿਲਾਈਏ ਓਏ ਜੇ ਤੈਨੂੰ ਪੁੱਤ ਕੱਪੜੇ ਛੱਪੜੇ ਨਹੀਂ ਵਟਾਇਆ ਜਾਵਣਾ ਕੋਈ ਨਹੀਂ ਹੋ ਅੱਬਾ ਇਹਨੀ ਥਿਗੜੀਆਂ ਇਸਤਰੀ ਕੀਤੀਆਂ ਪਈਆਂ ਐਨ ਤੇ ਹੁਣੇ ਨਾਵਾਂ ਨਹੀਂ ਲੱਗਾ ਹਾ ਅੱਛਾ ਟਾਈਮ ਨਾਲ ਨਾਲ ਆ ਮੇਰਾ ਪੁੱਤਰ ਜਲਦੀ ਤੇ ਟਾਈਮ ਨਾਲ ਜਾਵਣ ਦੀ ਕਰ ਕੋਸ਼ਿਸ਼ ਓਏ ਅੱਬਾ ਮੈਂ ਕਿਹਾ ਨਾ ਵੀ ਮੈਂ ਵਗ ਜਾਵਾਂ ਸੁਬਾਂ ਹੁਣ ਹੋਇਆ ਕਲਾ ਪਿਛਲਾ ਟਾਈਮ ਤੇ ਉੱਥੇ ਜਾ ਕੇ ਸਮਣਾ ਹੀ ਏ ਉਹ ਜਾਣੇ ਕਰਦੇ ਅੱਜ ਦੀ ਰਾਤ ਮੈਂ ਘਰੇ ਟਪਾਵਣ ਦੇ ਤੇ ਵੇਖਾਂ ਤੂੰ ਪਾਇਆ ਖਲਾ ਤੇ ਮਗਰ ਮਗਰ ਬੰਦੀ ਬਣੀ ਰੱਖ ਪਾਇਆ ਕੰਦੇ ਰੇ ਅੱਛਾ ਰੱਖ ਦੇ ਓ ਛੋਰੇ ਪੀਰ ਆਣ ਦੇ ਤੂੰ ਇਹਦੇ ਕੱਪੜੇ ਦੇ ਚੱਲ ਨਾ ਤੇ ਰਾਤ ਉਥਾਈ ਰਹਿ ਤੇ ਧੰਮੀ ਵਾਲੀ ਡਿਊਟੀ ਤੇ ਚੱਲ ਓਏ ਬਾ ਪਿਛਲਾ ਟਾਈਮ ਹੋਇਆ ਖਲਾ ਮੈਂ ਹੁਣ ਨਹੀਂ ਜਾਂਦਾ ਅਕੂ ਬਸ ਕਾਇਲ ਲ ਬਣੀਏ ਮੈਂ ਸੁਬਾ ਜਾ 8 ਵਜੇ ਵਾਲੇ ਟਾਈਮ ਤੇ ਉਥੋਂ ਅੱਡੇ ਤੂੰ ਰਕਸ਼ੇ ਤੇ ਬਵੇਂ ਤੇ ਸ਼ਹਿਰੋਂ ਬਸ ਸਮੇਂ ਨਹੀਂ ਹੈ ਤੂੰ ਰਾਤ ਉਥਾਈ ਗੁਜ਼ਾਰ ਤੇ ਅੱਗੇ ਤੈਨੂੰ 8 ਛੁੱਟੀਆਂ ਉੱਤੇ ਹੋ ਗਈਆਂ ਨਾ ਭਾਈ ਨਾ ਮੈਂ ਜਾਉ ਹਾਂ ਹੀ ਨਹੀਂ ਮੈਂ ਤਾਂ ਜਾਣਨਾ ਹੈ ਨਾ ਚੱਲ ਨਾ ਬਖਸ਼ ਐਵੇਂ ਜ਼ਿੱਦ ਨਾ ਕਰ ਜਦੋਂ ਅੱਬਾ ਆਂਦਾ ਪੀਏ ਓਏ ਤੂੰ ਆਣੀ ਤੇ ਮੁੜ ਵਗ ਜਾਣਾ ਮੈਂ ਹਾਂ ਉਹ ਦੇ ਆਖੇ ਤਾਂ ਲੱਗਣਾ ਹੈ ਤੂੰ ਚੱਲ ਟਾਈਮ ਨਾਲ ਠੀਕ ਹੈ ਜਾਂਦਾ ਰਾਨਾ ਕੀ ਹੋਇਆ ਕੀ ਹੋਇਆ ਮਾਲਾ ਬਖਸ਼ ਆਲੇ ਮਾਲਾ ਬਖਸ਼ ਓ ਪੁੱਤਰ ਓਏ ਭਾਈ ਨੂੰ ਚੱਕਰ ਆ ਗਿਆ ਹੈ ਉਠਾ ਆਏ ਮੇਰਾ ਰੂਹ ਕਰ ਗਿਆ ਮੈਨੂੰ ਕੀ ਤਵੀਤ ਗਾ ਸੱਤੇ ਨੇ ਮੇਰੇ ਟੋਣੇ ਹੋ ਗਏ ਓਏ ਓਏ ਮੈਨੂੰ ਕੋਈ ਗੋਲੀ ਛੋਲੀ ਦੇਵੋ ਉਹ ਕੋ ਪਾਣੀ ਛਣ ਦੇ ਵੋ ਮੇਰਾ ਰੂਹ ਗਿਓ ਤੈਨੂੰ ਕਹੇ ਇੱਕ ਮਰਾ ਜ਼ੋ ਤਾਂ ਸੀ ਗੋਲੀ ਦੇ ਹੁਣ ਕੀ ਪਤਾ ਤੈਨੂੰ ਕਿਹੜੀ ਮਰਾ ਸੇ ਉਹ ਕੁਝ ਨਹੀਂ ਛੋੜੋ ਤੂੰ ਜ਼ਬਾਨ ਮਾਰ ਬਿਰਾ ਦੇ ਗੋ ਹਾਏ ਬਿਰਾ ਦੇ ਗੋ ਜ਼ਬਾਨ ਮਾਰ ਇਹ ਤਾਂ ਕਮਾਈ ਤੇ ਜਾਂਦਾ ਪਏ ਤੈਨੂੰ ਕੀ ਬਣਿਆ ਯਕਦਮ ਚੁੱਪ ਕਰ ਓ ਜਿੱਡੂ ਆ ਚੁੱਪ ਕਰ ਤੇ ਬਾਏ ਮੈਨੂੰ ਚੱਕਰ ਆ ਗਿਆ ਤੇ ਰੂਹ ਮੇਰਾ ਡੁੱਬਿਆ ਖਲਾ ਨੇ ਓ ਮੇਰਾ ਕੋ ਕਰ ਲੋ ਇਹਦਾ ਰੂਹ ਤਾੜੋ ਭਾਈ ਡੁੱਬਿਆ ਪਿਆ ਨੇ ਤਾੜੋ ਓ ਖਲੋ ਖਲੋ ਓ ਮੇਰੇ ਪੁੱਤ ਸਬਰ ਕਰ ਸਬਰ ਹਾਏ ਓ ਮੇਰਾ ਕੋਈ ਇਲਾਜ ਇਲੂਜ ਕਰਾਵੋ ਓ ਮੇਰੇ ਸਿਰ ਨੂੰ ਕਮਜ਼ੋਰੀਆਂ ਹਨ ਨਾਲ ਚਾਹ ਦੀ ਕਮੀ ਹੋਏ ਖਲੀਏ ਓ ਬਰਜਾਈ ਆ ਤੂੰ ਚਾਹ ਚ ਬਣਾ ਤੈਨੂੰ ਚਾਹ ਪਿਵਾਓ ਚਾਹ ਨੂੰ ਤਾਂ ਹੀ ਸਮਝੀ ਵਦਾ ਜਿਵੇਂ ਗਿਓ ਦੀ ਨਾ ਲਈਏ ਹੁਣ ਤੈਨੂੰ ਚੱਕਰ ਹੀ ਆਵਣ ਲੱਗ ਗਿਆ ਬੂਤ ਨਾ ਇਹੋ ਜਿਹੀ ਗੱਲਾਂ ਨਾ ਕਰ ਓ ਡੈ ਪੀਆ ਆਪਣਾ ਜਾਣ ਕੇ ਡੱਠਾ ਹੈ ਇਹ ਜਾਣ ਕੇ ਡੱਠਾ ਅੱਜੋ ਅੱਜ ਕੰਮ ਦੀ ਤਿਆਰੀ ਕੀਤੀ ਤੇ ਅੱਜੋ
ਹੁਣ ਇਥੇ ਜ਼ਬਾਨ ਮਾਰੀ ਰੱਖਾ ਹੈ ਉਹ ਛੋਰ ਜੀ ਆਦੇ ਪਿਆ ਬਾਲ ਵੀ ਚਾਹ ਚ ਬਣਾ ਤੂੰ ਠੀਕ ਹੈ ਚਾਹ ਚ ਬਣਾ ਬੈਠੀ ਹੈ ਅੱਬਾ ਦੁੱਧ ਕੋਈ ਨਹੀਂ ਕਰੇ ਚਾਹ ਮੈਂ ਕਹਿ ਦੀ ਬਣਾ ਲਵਾਂ ਤੂੰ ਬੱਕਰੇ ਸਾਹਿਬ ਮੇਰੇ ਓਏ ਉਖਲੋਵੇ ਨਾ ਕੀ ਹੋਇਆ ਹੈ ਯਾਰ ਆ ਲਾ ਤਨ ਤਰਾਟਾ ਪਾਉਂਦੀ ਹੈ ਪਰ ਮੈਂ ਸ਼ੱਕ ਕੇ ਆ ਮੇਰੇ ਚਰੂਗ ਨਾਲ ਹੱਡੀ ਫੈਕਚਰ ਹੋ ਗਈ ਨੇ ਮੈਂ ਤਾਂ ਤੇਰੀ ਸਮਝ ਨਹੀਂ ਆਉਂਦੀ ਵੀ ਤਰਾਟਾ ਤੇਰੀ ਲੱਤ ਨੂੰ ਪਾਉਂਦੀ ਹੈ ਪੈਂਦੇ ਫੈਕਚਰ ਚੁੱਕਣਾ ਹੋ ਗਈ ਹੈ ਓਏ ਇਹਨੇ ਕੋਈ ਨਹੀਂ ਜਾਣਾ ਜੇ ਕੰਮ ਤੇ ਇਹ ਬੈਗ ਚਾਹ ਕੇ ਛੋਰੇ ਇਹਦੇ ਰੱਖਦਾ ਗੱਲ ਸੁਣ ਲੈ ਮੁਛਲੀਆ ਅੱਜ ਤਾਂ ਰਹਿ ਧੰਮੀ ਸਾਜਰੇ ਕੰਮ ਤੇ ਆਵੇਂ ਤੂੰ ਮੈਂ ਤੈਨੂੰ ਆਖਰੀ ਵਾਰ ਆਦਾ ਪਿਆ ਇਹ ਤੇਰੇ ਲਾਡਨ ਇਹ ਕੰਮ ਤੇ ਨਹੀਂ ਹੋ ਜਾਂਦਾ ਜਿਤਨੀ ਸਖਤੀ ਤੂੰ ਮੇਰੇ ਤੇ ਕਰੇਨਾ ਇਤਨੀ ਅੱਬਾ ਇਹਦੇ ਤੇ ਕਰਿਆ ਨਾ ਤੇ ਆ ਸ਼ਾਦੀ ਵਾਲਾ ਕਰਜ਼ਾ ਆਪਣੇ ਤੇ ਨਾ ਹੀ ਚੜਦਾ ਅੱਬਾ ਇਹ ਹੁਣ ਮੁੜ ਹਾਇਆ ਕਰਦਾ ਪਿਆ ਮੈਨੂੰ ਮੈਂ ਤਾਂ ਕੋਈ ਨਹੀਂ ਜਿਵੇਂ ਵੱਡਾ ਜੇ ਕੰਮ ਤੇ ਵਗ ਜਾਵੇ ਇਹ ਸਿਆਣਾ ਬੈਣਾ ਇਹਨੂੰ ਸੋਚਣਾ ਚਾਹੀਦਾ ਜੇ ਮੇਰਾ ਪਰਨਾਟ ਨਾ ਕੀਤਾ ਤਾਂ ਸਕਰ ਜ਼ੇ ਵਿਲਾ ਨੂੰ ਸਰਦਾਂਦਾ ਮੈਨੂੰ ਆ ਵਿਸ਼ਾ ਲੈ ਦੋ ਤਾਂ ਵਿਸ਼ਾ ਲੈ ਦੋ ਥੋੜੇ ਨੂੰ ਸੋਚਣਾ ਚਾਹੀਦਾ ਏ ਓ ਮੇਰੀ ਲੱਖੀ ਪਰ ਜਾਈ ਤੂੰ ਤਾਂ ਸਾਥ ਤੂੰ ਸੜਨੀ ਐ ਸੜਨੀ ਮੈਂ ਸੜਦੀ ਕੋਈ ਨਹੀਂ ਜੇ ਮੈਂ ਸੜਾਂ ਨਾ ਤਾਂ ਤੈਨੂੰ ਮੈਂ ਪਰਨੈਂਦੀ ਵੀ ਨਹੀਂ ਆ ਤੂੰ ਮੇਰੇ ਹੱਥੋਂ ਪਰਨੀਜਾ ਹੁਣ ਤੈਨੂੰ ਗੱਲਾਂ ਆ ਗਈਆਂ ਨੇ ਓਏ ਓ ਇੱਕ ਬੰਦਾ ਅੱਗੇ ਮਰੀਜ਼ ਪਿਆ ਏ ਉੱਤੋਂ ਵੇਖ ਲਾਏ ਗੱਲਾਂ ਨਾਲ ਹੀ ਟੁੰਬੀ ਖਲੇ ਟੁੰਬੀ ਮਰੀਜ਼ थले डिग पी है मसला बन गया नहीं काम ते जाऊ सी नहीं मेरी भैन तू चुप कर जा साडे घर दा मामला हले तुहानू तां दो दिन हो गए ने शादी नू सानू पता है सी कि बस कर बस कर वी इस घर दी मालके ने साडे घर दा मामला है ਹੁਣੇ ਵੀ ਘਰ ਦੀ ਪ੍ਰਧਾਨ ਹੈ ਅੱਛਾ ਹੁਣ ਗੱਲਾਂ ਦੀ ਵਾਰੀ ਤਾਂ ਤਰਕਣਾ ਤੂੰ ਉੱਠੀ ਚੋਰੇ ਬੈਗ ਚ ਅੰਦਰ ਆ ਆਏ ਬੈਗ ਲਾਇਆ ਅੰਦਰ ਆਏ ਇਹਨਾਂ ਨੂੰ ਕੋਈ ਸਾਹਸ ਨਹੀਂ ਇਹ ਮਰੀਜ਼ ਬੰਦੇ ਦਾ ਹਾਂ ਹਾਂ ਤੇਰੀ ਸਾਹਸ ਹੈ ਵੀ ਘਰ ਕਰਜ਼ਾ ਚੜਿਆ ਖਲਾ ਆਏ ਕਿਸੇ ਹੱਡੀ ਬਾਹਰ ਨੂੰ ਸਾਥ ਤੇ ਮੇਰਾ ਚੋਕਣਾ ਵਿਖਵਾਓ ਆਏ ਲੱਗਦਾ ਤਾਂ ਮੈਨੂੰ ਹੀ ਨੇ ਕਿ ਭੂਤਣਾ ਸੱਚਾ ਹੈ ਇਹਨੂੰ ਸੱਟ ਸੁੱਟ ਕੋਈ ਨਹੀਂ ਲੱਗੀ ਇਹ ਬਹਾਨਾ ਬਣਾਈ ਖਲਾ ਕੰਮ ਤੇ ਨਾ ਜਾਵਣ ਦੇ ਪਾਰੋਂ ਸਾਰੀ ਮੁਸੀਬਤ ਘਰ ਦੀ ਮੇਰੇ ਤੇ ਪਈ ਖਲੀ ਇਹ ਸ਼ੁਰੂ ਤੋਂ ਹੀ ਆਪਣੇ ਤੇ ਪਈ ਹੋਈ ਹੈ ਉਲਟਾ ਸਵਾਣੀ ਦੇ ਸਾਹਮਣੇ ਚਾਲੇ ਕੀਤੀ ਜਾਂਦਾ ਜੋ ਉਹਨੂੰ ਵੀ ਸਿਰੇ ਚੜਦਾ ਪਿਆ ਚਲੋ ਬੜੀ ਅਕਲ ਆ ਜਾ ਸਸ ਆਪਾਂ ਨੂੰ ਕੀ ਆਪਾਂ ਨੂੰ ਬੜਾ ਕੁਛ ਹੈ ਕਰਜ਼ੇ ਲਵਾਉਣੇ ਸੋ ਬਸ ਕਰ ਬਸ ਜਾਂਦਾ ਤੇ ਕੰਮ ਤੇ ਮੈਂ ਬੇਗਮ ਹਾਂਜੀ ਕੋਈ ਪਰੇਸ਼ਾਨ ਨਹੀਂ ਹੋਣਾ ਮੈਂ ਤੈਨੂੰ ਫੋਨ ਸ਼ੋਨ ਕਿੱਥੇ ਰੱਖਿਆ ਕਰਸਾਂ ਕਰੀਮ ਸ਼ਰੀਮ ਲਾਈ ਰੱਖੀ ਮੁੜ ਕਰੀਮਾਂ ਛੱਡ ਬਾਹਰ ਰੰਗ ਕਾਲਾ ਤੂੰ ਕਰ ਲੈ ਹੈ ਨਹੀਂ ਨਹੀਂ ਔਰ ਹੱਸ ਤੇ ਸਹੀ ਹਾਂ ਠੀਕ ਹੈ ਜਾਂਦਾ ਪਿਆ ਮੈਂ ਪੈਸੇ ਮੈਂ ਲਾ ਲਈ ਸਾਂ ਤੇ ਜਿਹੜਾ ਸੁੱਕਾ ਰਾਸ਼ ਹੁਣ ਲਿਆਂਦਾ ਹਾ ਆਹ ਲਿਮਿਟ ਦੇਗਾ ਚੜੀਆਂ ਨੇ ਉਹ ਸਾਰੇ ਪੈਸੇ ਤੁਸੀਂ ਲਾਉਣੇ ਤੂੰ ਅਗਲੀ ਗੱਲ ਛੱਡ ਆਪਦਾ ਕਰਜ਼ਾ ਤਾਂ ਮੈਂ ਲਾ ਲਈ ਸਾਂ ਮੈਨੂੰ ਉਮੀਦ ਹੈ ਆਪਣੇ ਆਪ ਤੇ ਜਿਹੜਾ ਤੇਰਾ ਕਰਜ਼ਾ ਹੈ ਉਹ ਵੀ ਮੁਸੀਬਤ ਮੈਨੂੰ ਪਾਉਣੀ ਤੇ ਮੈਨੂੰ ਲਾਉਣਾ ਪਾਉਣਾ ਤੈਨੂੰ ਮੈਂ ਜਾਣਨਾ ਤੂੰ ਮੇਰਾ ਵਿਰਾਜ ਜਿਹੜਾ ਤੂੰ ਕਮਾਊ ਹੈ ਹੁਣ ਚੁੱਪ ਨਹੀਂ ਹੁੰਦੀ ਖੁਰੀ ਛੇਕਾ ਪਿੱਛੇ ਸ਼ੁਰੂ ਹੋ ਗਿਆ ਉਹ ਸੋਦੇ ਨੂੰ ਵੰਜਣ ਤੇ ਦੇ ਕੰਮ ਤੇ ਮੈਂ ਬਹੁਤ ਬੱਕੀ ਪਾ ਗਈਆਂ ਬੱਕੀ ਪਾ ਗਈਆਂ ਪਹਿਲੂ ਕਰਜ਼ਿਆਂ ਦੀ ਪਾ ਗਈ ਤੈਨੂੰ ਉਹ ਸੋਦਾ ਹੁਣ ਤਾਂ ਵਹਿੰਦਾ ਪਿਆ ਤੇ ਤੂੰ ਠੱਡਿਓ ਨੂੰ ਸੁਣੀਂਦਾ ਪਿਆ ਓਏ ਅੱਬਾ ਇਹਨਾਂ ਨੂੰ ਆਦੀ ਨੇ ਗੱਲਾਂ ਕਰਨੀਆਂ ਹੁਣ ਤਾਂ ਹੀ ਕਮਾਇਆ ਇੰਨਾ ਖਾਧਾ ਜਪੀੜਿਆ ਘਰੇ ਬਾਏ ਤੇ ਚੰਗਾ
अच्छा मैं फिकर आई मैं बोल के एदे सिर ते ना हाथ रखे जा तेरी मजाक दिया ना गई मैं इंजे मलूम अच्छा जा टाइम निकल जा सी टाइम ठीक है निकल जाना सबर सबर खुश हो के गलींदा घर ऊपर दे सिर पिरा नो ते बस ही कड़ा दे ना लड़दे पए मत ते ना ले ओथे कमावी भी सही ए नहीं वेला जाके बह जावी ते कर्जे वाले तेरे प्यो दे सिर हो गलो ते नाल मेरे ही सिर हो ते बाबू परेशान ना होवो कमावण ही जांदा पिया ओ कड़ा तू चुप रख परेशान नहीं होना तेन पता ते बिरा तेरे खर दिमा आके ठीक है जा अंदर बाय परेशान ना हो मेरी धी ना परेशान हो ठीक है बाजी अल्लाह खैर ना ला जाए ते अपड़ के ना टाइम नाल डिप्टी भी करनी है ते खाता पीता टाइम नाल कर ठीक है आई कर आओ ना ए जित बोकी पई अपनी उत्ते दूध पिए नाल दे गिलास है ते ओ पी लवे है जे ले पहुंच जावे फोन कर छड़ी परेशानी ना सानू रवे मेरे पुत्र ओ प्याली कुछ चाह दी महीने बना के दे छदो ती अच्छा बना चलो जाओ तू ही जा काम ते टाइम होया खला तेरा ही बिलो मेरे काले कपड़े धो छड़ी मैं उन काम ते जानदा पे ठीक है चलो ठीक है मैं वापसी सब्जी लाई हमसे चलो रे पोतर मेरा काम ते बाकी ऐ थे तू ता मारे का पोतर मोया दे आके मोड़ा ही ला सके आई के बंदा वाक केड़े पास से जावे जा काम ते अपने को नहीं जीता काम ते हाय दसो भाई चंगा भला घरे बदासी सोनी सवानी सोना चेहरा वड्डे लम्मा शिपे वेन दस अखी पईयां ठरदियां हन अपने कोल ते मिलना जा धागे नहीं छिके छक छक दलगींदे धागा ला चल भाई गोट पट फलाना कर ढींगना कर तोला घरे चल रहेगी कर्जे वाली गल ना मरले भोंचे वेच सा ते कर्जा ला सक राणा घरे ही है देख मैं कान ढो सकती है हा कमला बंदा मुंह चार बनना जाना तू नहीं जाना चार मिनट फिर चार मिनट ले मोटे गया सदके हयातियां जे कला छोड़ देवे ते खाली बंदा जा पमियां अच्छा नहीं जानना हां की हाल है आए हां ठर गया सदके हो जावा किदे जाऊं मैं ते घराल घराल है ते नाल मैनु भी लई चल थक्या वना पीछा सीधा ते कर लाए बच्चे मोई दे आ सीधा करे नु तू चला हैं तू चला आ फातैला मेरे तो मोटा ही लफ्ता वाला बैग जे चा चाते ए किदन कढाया आई ਚਾਲ ਹੋ ਗਈ ਚਾਲ ਦੇ ਉੱਤੇ ਸਾਲ ਡੇਢ ਹੋ ਗਿਆ ਮੈਨੂੰ ਪਤਾ ਹੈ ਸ਼ਕੂਰੀ ਤੇ ਮੰਗੀ ਬਣਾ ਹੈ ਨਹੀਂ ਯਾਰ तेरा मोटरसाइकिल है मैं कर मई च फदा आज मेरा घर आ गया मैं घर न जाना तेरी मेहरबानी ला ते निकलदा हो ते अग्गे जावना अग्गे से लग जा सही है सही है हां जल्दी करे अब्बा ऐसरा ले ले सिर दे थल्ले भला भी मेरे पैर पीछा करते हैं मैं चादर तेन बिछा दूं अब्बा एक गल कहां अगर कर्जा ना लाई सा है ते बेस्ती है ते चलो कमाई सी ते कर्जा ला सी तुहाडी शादी वाला हां ते तू घर वदियां परेशान ना हो Thank you.
ਅੱਬਾ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਤੇ ਤੂੰ ਮੁੜ ਹਟ ਆਇਆ ਹੈ ਕੀ ਹਾਲ ਹੈ ਅੱਬਾ ਕੀ ਹਾਲ ਹੈ ਠੀਕ ਹੋ ਓ ਵਾਪਸ ਆ ਗਈ ਹੈ ਓਏ ਅੱਬਾ ਪਹਿਲੇ ਮੇਰੇ ਕੋਲ ਇੱਕ ਗੱਲ ਪੁੱਛ ਲੈ ਬੇ ਵਾਪਸ ਆਇਆ ਕਿਉਂ ਮੈਂ ਹਾਂ ਦੱਸ ਦੱਸ ਤੂੰ ਦੱਸ ਇੱਕ ਥਾਈ ਬਸ ਤੁਹਾਨੂੰ ਹੜਤਾਲ ਅੱਛਾ ਤੇ ਦੂਆ ਰੱਬੀ ਮੇਰੇ ਤੇ ਫੋਨ ਆ ਗਿਆ ਹੈ ਮਿਲ ਲਿਚੂ ਫੋਨ ਬਲਾ ਕੇ ਆਇਆ ਖੈਰ ਦਾ ਹਾਈ ਉਹ ਜਿਹੜਾ ਮਿਲ ਮਾਲਕ ਹੈ ਨਾ ਉਹਦਾ ਪਿਓ ਫੌਤ ਹੋ ਗਿਆ ਹੈ ਅੱਛਾ ਉਸ ਆਖਿਆ ਸਵਾ ਮਹੀਨਾ ਹੋ ਸੀ ਤੇ ਮੁੜ ਮਿਲ ਖੁੱਲ ਸੀ ਮਿਲ ਬੰਦ ਹੋਈ ਪਈ ਹੈ ਉਹ ਮੇਰਾ ਪੁੱਤਰ ਮਿਲ ਖੁੱਲੇ ਨਾ ਖੁੱਲੇ ਤੇਰੀ ਕਿਸਮਤ ਖੁੱਲ ਗਈ ਹੈ ਹੈ ਹਾਂ